ਤੁਸੀਂ ਦੇਖ ਰਹੇ ਹੋ ਤਹਿਲਕਾ ਪੰਜਾਬ ਆਜ ਪੰਜਾਬ ਦੀ ਮੈਂ ਹਾਂ ਵਿਜੇਪਾਲ ਸਿੰਘ ਤੇਜੀ ਤਹਿਲਕਾ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹਲਕਾ ਫਗਵਾੜਾ ਦੇ ਐਮਐਲਏ ਸਰਦਾਰ ਪਲਵਿੰਦਰ ਸਿੰਘ ਧਾਰੀਵਾਲ ਨੇ ਪਿੰਡਾਂ ਦੇ ਲੜਿੰਦੇ ਵਿਕਾਸ ਦਾ ਜਾਇਜ਼ਾ ਲੈਣ ਪ੍ਰੰਤ ਕੋਵਿਡ-19 ਆਫਤ ਕਾਰਨ ਲਾਗੂ ਲਾਕਡਾਊਨ ਕਰਫਿਊ ਵਿੱਚ ਵਿਕਾਸ ਦੇ ਜੋ ਕੰਮ ਪਿਛਲੇ ਸਮੇਂ ਤੋਂ ਠੱਪ ਹੋ ਗਏ ਸਨ ਉਹਨਾਂ ਨੂੰ ਜੰਗੀ ਪੱਧਰ ਤੇ ਸ਼ੁਰੂ ਕਰਵਾਇਆ ਜਾ ਰਿਹਾ ਹੈ ਜਿੱਥੇ ਕਿ ਉਹ ਸ਼ਹਿਰਾਂ ਅਤੇ ਕਈ ਵਾਰਡਾਂ ਵਿੱਚ ਅਧੂਰੇ ਵਿਕਾਸ ਦੇ ਕੰਮ ਸ਼ੁਰੂ ਕਰਵਾ ਚੁੱਕੇ ਹਨ ਉੱਥੇ ਪਿੰਡਾਂ ਵਿੱਚ ਵੀ ਜੰਗੀ ਪੱਧਰ ਤੇ ਵਿਕਾਸ ਕਰਵਾਇਆ ਜਾ ਰਿਹਾ ਹੈ ਇਸ ਮੌਕੇ ਤਹਿਲਕਾ ਪੰਜਾਬ ਦੀ ਟੀਮ ਨਾਲ ਗੱਲਬਾਤ ਕਰਦਿਆਂ ਬਹੁਤ ਹੀ ਸਤਿਕਾਰਯੋਗ ਐਮਐਲਏ ਸਰਦਾਰ ਧਾਰੀਵਾਲ ਨੇ ਕਿਹਾ ਕਿ ਫਗਵਾੜਾ ਹਲਕੇ ਦੇ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਦੇ ਨਾਲ ਲੈਸ ਕਰਕੇ ਵਿਕਾਸ ਕੀਤਾ ਜਾਵੇਗਾ ਉੱਥੇ ਹੀ ਅੱਜ ਸਰਦਾਰ ਬਲਿੰਦਰ ਸਿੰਘ ਧਾਰੀਵਾਲ ਨੇ ਆਪਣੇ ਵਰਕਰਾਂ ਦੇ ਨਾਲ ਰਾਵਲਪਿੰਡੀ ਦੇ ਡਰੇਨ ਦਾ ਕੰਮ ਸ਼ੁਰੂ ਕਰਵਾਇਆ ਹੈ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਇਲਾਕੇ ਦੀ ਪਰੇਸ਼ਾਨੀ ਦਾ ਸਬਬ ਬਣਿਆ ਹੋਇਆ ਸੀ ਉਹਨਾਂ ਨੇ ਕਿਹਾ ਕਿ ਫਵਾੜਾ ਦੇ ਨਾਲ ਲੱਗਦੇ ਪਿੰਡਾਂ ਵਿੱਚ ਜਿੰਨੀਆਂ ਵੀ ਡਰੇਨਾਂ ਹਨ ਉਹਨਾਂ ਦੀ ਸਫਾਈ ਚੰਗੀ ਪੱਧਰ ਤੇ ਕਰਵਾਈ ਜਾਵੇਗੀ ਜੋ ਕਿ ਕਿਸਾਨਾਂ ਨੂੰ ਆਉਣ ਵਾਲੇ ਬਰਸਾਤੀ ਮੌਸਮ ਵਿੱਚ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨਾ ਆਵੇ ਜਿਸ ਤਰ੍ਹਾਂ ਕਿ ਆਪਾਂ ਸਾਡੇ ਜਾਣਦੇ ਹਾਂ ਕਿ ਆਉਣ ਵਾਲੇ ਕੁਝ ਸਮੇਂ ਵਿੱਚ ਜਿਹੜੀ ਹੁੰਦੀ ਹੈ ਵਰਖਾ ਦਾ ਮੌਸਮ ਸਾਫ ਨਹੀਂ ਮਗਰ ਨਿਕਲ ਕਾਫੀ ਜਦੋਂ ਕੁਛ ਵਾਰੀ ਅਸੀਂ ਪਿੰਡਾਂ ਵਿੱਚ ਜਾਣ ਦਾ ਮੌਕਾ ਮਿਲਿਆ ਤਾਂ ਸਾਰੇ ਪਿੰਡਾਂ ਦੇ ਜਿਹੜੇ ਡਰੇਨ ਦੇ ਨਾਲ ਲੱਗਦੇ ਹੋਏ ਤਾਂ ਮੁੱਖ ਮੰਗ ਉਹਨਾਂ ਦੀ ਇਹ ਸੀ ਕਿ ਡਰੇਨ ਦੀ ਸਫਾਈ ਕਰਾਈ ਜਾਵੇ ਇਹ ਪਿਛਲੇ 2-3 ਮਹੀਨਿਆਂ ਤੋਂ ਇਹਦਾ ਸਾਰਾ ਐਸਟੀਮੇਟ ਵਗੈਰਾ ਬਣ ਰਹੇ ਸੀਗੇ ਇਹਦਾ ਜਿਹੜਾ ਹੈਗਾ ਅਪ੍ਰੈਲ 'ਚ ਕੰਮ ਸਟਾਰਟ ਹੋਣਾ ਸੀ ਜਿਹੜਾ ਕਿ ਬਿੱਲ ਦਾ ਕੀਮਤ ਉੱਤੋਂ 60 ਕਰਕੇ ਜਿਹੜਾ ਹੈਗਾ ਨੀਚੇ ਜਿਹੜਾ ਹੈਗਾ ਟਿਕਟ ਤੱਕ ਜਿਹੜੇ ਪੈ ਜਾਂਦੇ ਉਹਦਾ ਲਗਭਗ ਇਹ 20 ਕਿਲੋ ਇਹਦੇ ਵਿੱਚ ਕਿਉਂਕਿ ਆਪਾਂ ਸਾਰੇ ਜਾਣਦੇ ਕਿ ਇਸ ਵਾਰੀ ਜਿਹੜਾ ਕੋਰੋਨਾ ਕਰਕੇ ਜਿਹੜਾ ਹੈਗਾ ਕੰਮ ਲੇਟ ਹੋ ਗਏ ਨੇ ਅਤੇ ਹੁਣ ਵੀ ਜਿਹੜਾ ਹੈਗਾ ਅੱਜ ਜਿਹੜਾ ਇਹਦੇ ਕੰਮ ਦੀ ਸ਼ੁਰੂਆਤ ਕੀਤੀ ਗਈ ਹੈ ਔਰ ਇਹ ਲਗਭਗ ਅਸੀਂ 1 ਸਾਲ ਦੇ ਵਿੱਚ ਕਿਤੇ ਹੈਗਾ ਤਾਂ ਇਹਦਾ ਸਾਰੀ ਸਫਾਈ ਕਰਨਾ ਪੈ ਰੱਖਣਾ ਹੈ ਇਹਦੇ ਵਿੱਚ ਬੱਚੇ ਵਿਦਿਨ ਬੈਕਰ ਵੱਲੋਂ ਮਸ਼ੀਨਿੰਗ ਯੂਜ਼ ਕੀਤੀ ਜਾਵੇਗੀ ਉੱਥੇ ਹੀ ਜਿਹੜਾ ਹੈਗਾ ਨਰੇਗਾ ਵੱਲੋਂ ਜਿਹੜਾ ਹੈਗਾ ਉਹਦੇ ਵਿੱਚ ਜਿਹੜਾ ਨਰੇਗਾ ਵਰਕਰ ਜਿਹੜੇ ਹੈਗਾ ਉਹਨਾਂ ਨੂੰ ਵੀ ਕੰਮ 'ਤੇ ਲਾ ਕੇ ਜਿਹੜਾ ਹੈਗਾ ਇੱਕ ਤਾਂ ਉਹਨਾਂ ਨੂੰ ਰੁਜ਼ਗਾਰ ਮਿਲ ਜਾਏਗਾ ਅਤੇ ਪਲਸ ਨਾਲ ਜਿਹੜਾ ਹੈਗਾ ਇੱਥੇ ਮਸ਼ੀਨੇ ਕੰਮ ਨਹੀਂ ਕਰਨਾ ਹੈਗਾ ਉੱਥੇ ਜਿਹੜੇ ਲੇਬਰ ਨੂੰ ਯੂਜ਼ ਕਰਕੇ ਜਿਹੜਾ ਹੈਗਾ ਉਹਨੂੰ ਸਫਾਈ ਕਰਵਾਈ ਜਾਵੇਗੀ ਕਿਉਂਕਿ ਆਪਾਂ ਸਾਰੇ ਜਾਣਦੇ ਹਾਂ ਕਿ ਇਹ ਪ੍ਰੋਜੈਕਟ ਜਿਹੜਾ ਹੈਗਾ ਉਹ ਕਾਫੀ ਵੱਡਾ ਪ੍ਰੋਜੈਕਟ ਹੈਗਾ ਅਤੇ ਲਗਾਤਾਰ ਆਪਾਂ ਜੇ ਸਾਲ ਦੇ ਸਾਲ ਦੇ ਕੰਮ ਕਰਾਂਗੇ ਤਾਂ ਜਿਹੜੇ ਆਉਣ ਵਾਲੇ ਸਮੇਂ ਵਿੱਚ ਜਿਹੜੇ ਲੋਕਾਂ ਨੂੰ ਜਿਹੜੇ ਜਦੋਂ ਵੀ ਮੀਂਹਾਂ ਦਾ ਜਾਂ ਪਾਣੀ ਹੁੰਦਾ ਸੀ ਪਿੰਡ ਦੇ ਵਿੱਚ ਅਤੇ ਕਾਫੀ ਸਾਰੇ ਪਿੰਡਾਂ ਵਿੱਚ ਜਿਹੜਾ ਨੁਕਸਾਨ ਕਰਦੇ ਨਾਲ ਦੇ ਨਾਲ ਜਿੰਨੇ ਵੀ ਫਸਲ ਕਰਦੇ ਸੀ ਸਾਰੀ ਤਬਾਹ ਹੋ ਜਾਂਦੀ ਸੀ ਔਰ ਬਾਕੀ ਸਰਦੀਆਂ ਦੇ ਮੌਸਮ ਵਿੱਚ ਜਦੋਂ ਨਹੀਂ ਹੁੰਦੇ ਤਾਂ ਸੂਰ ਵਗੈਰਾ ਜਿਹੜੇ ਉਹ ਜਿਹੜੇ ਜਾਨਵਰ ਵਗੈਰਾ ਵੀ ਹੁੰਦੇ ਸੀ ਉਹ ਵੀ ਖੜੀਆਂ ਫਸਲਾਂ ਜਿਵੇਂ ਮੱਖੀ ਵਗੈਰਾ ਦਾ ਕਾਫੀ ਨੁਕਸਾਨ ਕਰਦੀ ਸੀ ਇਸ ਕਰਕੇ ਮੈਨੂੰ ਉਮੀਦ ਹੈ ਕਿ ਅਸੀਂ ਸਾਰੇ ਹੀ ਇੱਥੇ ਦੇ ਪੰਚ ਸਰਪੰਚ ਜਿੰਨੇ ਵੀ ਪਿੰਡ ਵਾਸੀ ਹੈਗੇ ਜਿਹੜੇ ਨਾਲ ਲੱਗਦੇ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਜਿਹੜਾ ਹੈਗਾ ਅਸੀਂ ਇਹ ਕੰਮ ਲਗਾਤਾਰ ਜਾਰੀ ਰੱਖਾਂਗੇ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿੱਚ ਜਿਹੜਾ ਹੈਗਾ ਪਿਛਲੇ ਦੇ ਕਾਫੀ ਸਾਲਾਂ ਤੋਂ ਸਾਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਉਹਦੇ ਵਿੱਚ ਸਾਨੂੰ ਜਿਹੜਾ ਸਰਕਾਰ ਨੂੰ ਜ਼ਰੂਰੀ ਹੈ ਸਰ ਕਿਹੜੇ ਪਿੰਡ ਤੋਂ ਲੈ ਕੇ ਕਿਹੜੇ ਪਿੰਡ ਤੱਕ ਇਹਦੀ ਸਫਾਈ ਹੋਣੀ ਜਿਹੜਾ ਪ੍ਰੋਜੈਕਟ ਬਣਾਇਆ ਗਿਆ ਪੂਰਾ ਜਿਹੜਾ ਮਰਕਤ ਤੋਂ ਲੈ ਕੇ ਜਿਹੜਾ ਹੈਗਾ ਕਿਹੜੇ ਤੱਕ ਜਿੱਥੇ ਵੀ ਲੰਬੀ ਹੈ ਉੱਥੇ ਤੱਕ ਚਲੇਗੀ ਕਿਉਂਕਿ ਨਾਲ ਹੀ ਜਿਹੜੀ ਹੈਗੇ ਕੁਛ ਡਰੇਨਸ ਵੀ ਹੈਗੇ ਜਿਹੜੇ ਛੋਟੇ ਛੋਟੇ ਨਾਲ ਹੈਗੇ ਜਿਵੇਂ ਖਲਵਾੜਾ ਜਿਹੜਾ ਖਲਵਾੜਾ ਵਾਲੇ ਡਰੇਨ ਹੈਗੀ ਹੈ ਉਹਦੀ ਵੀ ਸਫਾਈ ਇੱਕ ਦੋ ਵਿੱਚ ਸਟਾਰਟ ਕਰਨ ਜਾ ਰਹੇ ਹੈਗੇ ਉਹਦੇ ਨਾਲ ਮੈਂ ਧਿਆਨ ਵਿੱਚ ਲਿਆਉਣਾ ਚਾਹੁੰਦਾ ਕਿ ਜਿੱਥੇ ਕਾਲੀ ਪਈ ਹੈਗੀ ਹੈ ਉਹਦੇ ਨਾਲ ਹੀ ਦੂਸਰੀਆਂ ਜਿਹੜੇ ਛੋਟੇ ਛੋਟੇ ਡਰੇਨਸ ਹੈਗੇ ਉਹਨਾਂ ਦੀ ਸਫਾਈ ਕਰਵਾਉਣ ਦਾ ਨਰੇਗਾ ਰਾਹੀਂ ਇੰਤਜ਼ਾਮ ਕੀਤਾ ਜਾਵੇਗਾ ਪਰ ਇਹ ਜਿਸ ਤਰ੍ਹਾਂ ਕਿ ਆਪਾਂ ਸਾਰੇ ਜਿੰਨੇ ਵੀ ਸਾਡੇ ਹਲਕੇ ਵਿੱਚ ਲਗਭਗ 20 ਕਿਲੋਮੀਟਰ ਜਿਹੜੇ ਕੰਡੇ ਹੋਣਗੇ ਉਹਨਾਂ ਸਾਰੀ ਡਰੇਨ ਦੇ ਵਿੱਚ ਸਫਾਈ ਹੋਵੇਗੀ ਇਸ ਮੌਕੇ ਵੱਖ ਵੱਖ ਪਿੰਡਾਂ ਦੇ ਸਰਪੰਚ ਪੰਚਾਂ ਨੇ ਧਾਰੀਵਾਲ ਸਾਹਿਬ ਜੀ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਤੇ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ ਇਹ ਕੰਮ ਬਹੁਤ ਵਧੀਆ ਸਾਡੇ ਮਾਣਯੋਗ ਐਮਐਲਏ ਸਾਹਿਬ ਧਾਰੀਵਾਲ ਸਾਹਿਬ ਨੇ ਅੱਜ ਆਰੰਭ ਕਰਾਇਆ ਜੀ ਸਫਾਈ ਵਾਸਤੇ ਡਰੇਨ ਜੋ ਸਾਡੇ ਕਾਫੀ ਪਿੰਡਾਂ ਦਾ ਨੁਕਸਾਨ ਕਰ ਰਹੀ ਸੀਗੀ ਡਰੇਨ ਡੂੰਘੀ ਨਹੀਂ ਆ ਹੁਣ ਅੱਜ ਤੋਂ ਸਫਾਈ ਦਾ ਕੰਮ ਸ਼ੁਰੂ ਹੋ ਗਿਆ ਮਾਣਯੋਗ ਧਾਰੀਵਾਲ ਸਾਹਿਬ ਨੇ ਐਮਐਲਏ ਸਾਹਿਬ ਨੇ ਬਹੁਤ ਵਧੀਆ ਉਪਰਾਲਾ ਕੀਤਾ ਆ ਅਸੀਂ ਇਹਨਾਂ ਦੇ ਸਾਰੇ ਇਲਾਕੇ ਦਾ ਇਲਾਕੇ ਵੱਲੋਂ ਧੰਨਵਾਦੀ ਹਾਂ ਜਿਹੜਾ ਅੱਜ ਸਫਾਈ ਦਾ ਕੰਮ ਸ਼ੁਰੂ ਕੀਤਾ ਗਿਆ ਇੱਕ ਟ੍ਰੇਨ ਇਸ ਤੋਂ ਇਲਾਵਾ ਹੋਰ ਵੀ ਕੋਈ ਤੁਹਾਨੂੰ ਇੱਥੇ ਮੁਸ਼ਕਲਾਂ ਆਉਂਦੀਆਂ ਇਸ ਤੋਂ ਇਲਾਵਾ ਕੋਈ ਪਿੰਡ ਦੇ ਵਿੱਚ ਜਿਸ ਤਰ੍ਹਾਂ ਹੁਣ ਕਿ ਝੋਨੇ ਦੀ ਲਵਾਈ ਹੈਗਾ ਜੀ ਉਹ ਹੱਲ ਹੋਈ ਜਾਂਦਾ ਵੇਰੀਬਲ ਦਾ ਬਾਕੀ ਹੋਰ ਕੋਈ ਜ਼ਿਆਦਾ ਮੁਸ਼ਕਲਾਂ ਨਹੀਂ ਆ ਸਾਨੂੰ ਇਸ ਲਈ ਥੋੜ੍ਹਾ ਜਿਹਾ ਝੋਨੇ ਦੀ ਲਵਾਈ ਦੀ ਲੇਬਰ ਦਾ ਹੈਗਾ ਆ ਉਹ ਵੀ ਆ ਰਹੀ ਹੈ ਲੇਬਰ ਉਹ ਵੀ ਠੀਕ ਹੋ ਠੀਕ ਹੈ ਥੈਂਕ ਯੂ ਸਿਕਰੀ ਗ੍ਰਾਮ ਪੰਚਾਇਤ ਸਿਕਰੀ ਅੱਜ ਜੋ ਬਈ ਦੀ ਸਫਾਈ ਦਾ ਕੰਮ ਆਰੰਭ ਹੋਇਆ ਹੈ ਮੈਂ ਸਾਰੀਆਂ ਹੀ ਪੰਚਾਇਤਾਂ ਵੱਲੋਂ ਨਗਰ ਸਿਕਰੀ ਵੱਲੋਂ ਇਲਾਕੇ ਦੇ ਜਿੰਨੇ ਵੀ ਸਰਪੰਚ ਪੰਚਾਇਤਾਂ ਵੱਲੋਂ ਸਰਦਾਰ ਬਲਵਿੰਦਰ ਸਿੰਘ ਜੀ ਧਾਰੀਵਾਲ
एमएलए फगवाड़ा का बहुत धन्यवादी हाँ जिन्होंने एडा वड्डा कदम चुक के यह सफाई की है। पिछले 25-30 साल तक तो सरकार आदियां जाती रही हैं, किसी ने इस वल कोई ध्यान नहीं दिता। असी धन्यवादी हाँ बलविंदर सिंह जी धारीवाल के जिन्होंने साडे पिंडां दे किसानां दा ते पिंड वासियां दा दर्द समझते हुए अज बई की सफाई का काम आरंभ करवाया है। असी सारिआं वल्लों सारे पंचायतों वालों सारे नगरों वालों बलविंदर सिंह जी धारीवाल का बहुत बहुत धन्यवाद करते हैं। और नाल ये भी विश्वास दिवाते हैं कि जिस तरह हर दुख सुख के अंदर साढ़े धारीवाल साहब जी साढ़े नगर का पिंड का विकास का काम करवा रहे हैं, अभी सारे ही नगर तनो मनो सरदार बलविंदर सिंह जी का धन्यवाद करते हैं ते नाल साथ देन का विश्वास देंगे। जिस तरह यह साडा इलाके का काम करवा रहे हैं, अभी सारा इलाका बलविंदर सिंह जी धारीवाल के अज बहुत खुशी महसूस हो रही है कि साडे मानयोग हलका विधायक श्री बलविंदर सिंह जी धारीवाल जी उन्होंने विशेष उपरालों सदका ड्रेन की सफाई का काम शुरू हो जा रहा है। बाधा पिंड तो लाके जी झेड़ू तक ये ड्रेन का अपने कपूरथला जिले का हलका है जी। बरसाती मौसम में थोड़े जे मीह के नाल भी बहुत सारिया मुश्किलें किसानों को आदि सन, हुण तां चलो नहीं है। पहला सैले तो अपने मिल का गंदे का पानी आता सी, वो फसलें बिल्कुल तबाह हो जाएं सी। हुण सानू धारीवाल साहब उन्होंने उपराले नाल ये आस बची है कि ड्रेन की सफाई जल्दी तो जल्दी होगी, तो साढ़े 7-8 पिंडा घट्टो घट समूह वासियों हड़ा दी जान माल से जो खतरा सर उन्होंने सू निजात मिलेगा, तो किसानों जो फसल है उन्होंने सही पालन पोषण होगा, तो पूरे टाइम से पूरे सही टाइम से बढ़ी जाऊ। मैं अपने समुचे हल्के ग्राम पंचायत ग्राम पंचायत मार्कपुर ग्राम पंचायत बाकपुर ग्राम पंचायत सानी ग्राम पंचायत प्रेमपुर ग्राम पंचायत ठक्करवाल ग्राम पंचायत कल्याण ग्राम पंचायत रावलपिंडी ग्राम पंचायत सुमेड़ा ग्राम पंचायत सिकरी वालों अपने समूह पिंडा के वासियों वालों हलका विधायक श्री बलविंदर सिंह जी धारीवाल का बहुत बहुत धन्यवाद करता अपने हल्के वासियों वालों, तो इन्होंने बहुत व्डा उपराला किया तो लोगों को इसका बहुत सारा फायदा होगा। किन्ने देर तो नहीं सफाई हुई इलाके से करीब सानू याद है शायद जी जन सिंह होना मुख्यमंत्री वेले 1992-93 एक बार सफाई की गई सी। उस तो बाद किसी सरकार ने सारी साल ली ने कोई उपराला नहीं किया, असि बहुत बार प्रेस नोट भी दिते जी अखबारों में मांग की है पर किसी ने कोई ध्यान नहीं दिता जी। ਹੁਣ ਤੁਹਾਡਾ ਸਰਪੰਚਾਂ ਨੂੰ ਕੀ ਸਹਿਯੋਗ ਹੋਊਗਾ, ਜਿਵੇਂ ਕਿ ਤੁਹਾਡੇ ਕੋਲ ਨਰੇਗਾ ਹੈਗੀ ਆ ਉਹਦੇ ਨਾਲ ਤੁਸੀਂ ਸਹਿਯੋਗ ਕਰੋਗੇ, ਜਿਵੇਂ ਕਿ ਧਾਰੀਵਾਲ ਸਾਹਿਬ ਨੇ ਇੱਕ ਬਹੁਤ ਵੱਡਾ ਉਪਰਾਲਾ ਕਰਕੇ ਤੁਹਾਨੂੰ ਇਹ ਕਨਵਾਸ ਦਵਾਉਣ ਜਾ ਰਹੇ ਆ ਮੇਨ ਦੀ ਸਫਾਈ ਕਰਕੇ, ਤੁਹਾਡੇ ਵੱਲੋਂ ਕੀ ਸਹਿਯੋਗ ਹੋਊਗਾ? ਮੈਂ ਆਪਣੇ ਸਮੁੱਚੇ ਸਰਪੰਚ ਭਰਾਵਾਂ ਵੱਲੋਂ ਇਹ ਵਿਸ਼ਵਾਸ ਹੋਣਾ ਸਰਕਾਰ ਨੂੰ ਕਿ ਅਸੀਂ ਵੱਧ ਤੋਂ ਵੱਧ ਨਰੇਗਾ ਦੇ ਵਿੱਚ ਵਰਕਰ ਸ਼ਾਮਲ ਕਰਕੇ ਨਵੇਂ ਜੋਬ ਕਾਰਡ ਬਣਾ ਕੇ ਵੱਧ ਤੋਂ ਵੱਧ ਸਹਿਯੋਗ ਦੇਵਾਂਗੇ ਨਾਲ ਨਰੇਗਾ ਦੇ ਵਿੱਚ ਲਾਵਾਂਗੇ। ਬਿਊਰੋ ਰਿਪੋਰਟ ਤਹਿਲਕਾ ਪੰਜਾਬ।